ਕਿਹ ਮੰਨਤ ਬਣਾ ਦੱਸੋ ਜਾਂ ਕਿਹੜੀ ਸ਼ਾਇਦ ਮੰਨੇ ਤੋ ਰਿਹਾਨ ਭਾਈ ਆਦਮੀ ਮੰਨਤ ਮੰਨਣੀ ਹੈ ਮਾਸ਼ਾਅੱਲਾ ਫੀਵਰ ਬੜੇ ਅੱਲਾਹ ਪਾਕ ਸਾਰਿਆਂ ਦੀ ਹਾਜ਼ਰੀ ਕਬੂਲ ਫਰਮਾਵੇ ਔਰ ਬਾਦਲ ਜ਼ਿਆਰਤ ਕਰ ਰਹੇ ਹਾਂ ਬਸ ਵੀ ਵਾਰ ਅਸਲਾਮ ਅਲੈਕੁਮ ਕਿਆ ਹਾਲ ਹੈ ਠੀਕ ਠਾਕ ਤੁਸੀਂ ਸੇ ਠੀਕ ਹੈ ਮੈਂ ਬਲੇ ਮੁਹੰਮਦ ਜ਼ੈਦ ਤੁਸਾਂ ਚੈਨਲ ਤੇ YouTube ਚੈਨਲ ਜਾਮ ਜ਼ੈਦ ਅਫੀਸ਼ੀਅਲ ਇਹ ਟਾਈਮ ਮੈਂ ਮੌਜੂਦ ਹਾਂ ਮੁਲਤਾਨ ਤੇ ਰਾਤ ਅਸਾਂ ਅਗਰ ਲੇਟ ਫਾਰਕ ਤੇ ਅਸਾਂ ਇੱਕ ਦੋ ਵਜੇ ਮੈਚ ਡਿਠਾਸੇ PSL ਤੇ ਹੁਣ ਉੱਠੇ ਸੇ ਟਾਈਮ ਥੀ ਕਿ ਮੇਰੇ ਖਿਆਲ 11 ਵਜੇ ਪਈ ਹੈ ਤੇ ਥਾਂ ਤੇ ਫਰੈਸ਼ ਥੀ ਤੇ ਨਾਸ਼ਤਾ ਕਰਕੇ ਦੱਸੇ ਤੇ ਹੁਣ ਤਿਆਰੀ ਕਰਨੇ ਪੈਸੇ ਹੁਣ ਚੱਲਦੇ ਪੈਸੇ ਅੱਗੂ ਤੇ ਤੋ ਜੁਲ ਤੇ ਦੱਸੇ ਨੇ ਕਿੱਥਾਂ ਜੁਲਣਾ ਅੱਗੂ ਤੇ ਕੱਲ ਦੇਖੋ ਪਹਿਲਾਂ ਗੱਡੀ ਸਾਰੀ ਖੜੀ ਹੈ ਕਹਿ ਨਾ ਗੱਡੀ ਬਾਹਰੋਂ ਖੜੀ ਅਸਾਂ ਗੱਡੀ ਖੜਾ ਕੇ ਬਾਹਰ ਲੇਟ ਉੱਠਿਆ ਸੀ ਨਾ ਅਸਾਂ ਲੇਟ ਆਇਆ ਸੀ ਹਰ ਕੇ ਸੁੱਤਾ ਪਈ ਗੱਡੀ ਮੈਟਰੋ ਸਟੇਸ਼ਨ ਸਾਹਮਣੇ ਦੱਸਦਾ ਪਈ ਉਹ ਸਾਹਮਣੇ ਸੀ ਮੈਟਰੋ ਆ ਗਈ ਹੈ 6 ਨੰਬਰ ਹੈ ਜ਼ਿਕਰੀਆ ਟੋਨ ਇਹ ਸੀ 9 ਨੰਬਰ ਹੈ ਅਸਾਂ ਸਿੱਧੇ ਨਾਲ ਚੱਲੋ ਪਹਿਲਾਂ ਇਹ ਵੇਵਰ ਸਾਹਮਣੇ ਇੱਥਾ ਕੇ ਆ ਗਏ ਸੇ ਸ਼ਾਹ ਰੁਕਨ ਆਲਮ ਦਰਬਾਰ ਤੇ ਇਹ ਸਾਹਮਣੇ ਦੱਸਦੀ ਪਈ ਤੁਹਾਨੂੰ ਹਾਂ ਹਾਜ਼ਰੀ ਇੱਥੇ ਨਾਲ ਚੱਲੋ ਭਾਈ ਜਾਨ ਸੁਲਤਾਨ ਉੱਥੋਂ ਕੇ ਨਿਕਲ ਆਏ ਸੇ ਮਕਾਨ ਤੋਂ ਤੇ ਹੁਣ ਆ ਗਏ ਸੇ ਸ਼ਾਹ ਰੁਕਨ ਆਲਮ ਤੇ ਮੈਂ ਕੋਸ਼ਿਸ਼ ਕਰੇ ਨਾ ਮੁਲਤਾਨ ਜੇਰੀ ਦੀਵਾਰ ਆਵਾਂ ਤੇ ਸਾਰੇ ਪੀਰ ਮੁਰਸ਼ਦ ਹਨ ਸ਼ਾਹ ਰੁਕਨ ਆਲਮ ਤੇ ਬਹਾਉਦੀਨ ਜ਼ਿਕਰੀਆ ਮੁਲਤਾਨੀ ਸਾਹਿਬ ਉਹਨਾਂ ਦੀ ਦਰਬਾਰ ਤੇ ਹਾਜ਼ਰੀ ਲਾਜ਼ਮੀ ਦੇਣੇ ਆਉਣਾ ਇਨਸ਼ਾਅੱਲਾ ਜਦੋਂ ਵੀ ਮੇਰੇ ਕੋਲ ਆਉਣਾ ਮੁਲਤਾਨ ਚੱਕਰ ਲੱਗਦਾ ਤਾਂ ਕੋਸ਼ਿਸ਼ ਕਰਨਾ ਤਾਂ ਹੁਣ ਵੀ ਚਲੋ ਦੋਸਤ ਨਾਲ ਅੱਜ ਇਕੱਠੇ ਹੈ ਸੀ ਭਾਈ ਜਾਨ ਹਾਜ਼ਰੀ ਦੇਣ ਕਿਨੂੰ ਅਤੇ ਅੱਜ ਪਹਿਲੇ ਹਾਜ਼ਰੀ ਦੇ ਕਿਨੂੰ ਮੁਲਤਾਨ ਅਤੇ ਇਨਸ਼ਾਅੱਲਾ ਤੁਹਾਨੂੰ ਜਲਦ ਤੇ ਉੱਤੋਂ ਉਹ ਦਿਖੇਣੇ ਸੇ ਤੁਹਾਨੂੰ ਜ਼ਿਆਰਤ ਕਰਵਾਉਣੇ ਸੇ ਅਤੇ ਬਹੁਤ ਸਾਡੇ ਬਹੁਤ ਵੱਡੇ ਪੀਰ ਹਨ ਇੱਥੋਂ ਦੇ ਮੁਲਤਾਨ ਸਿੰਘ ਦੇ ਵਲੀ ਹਨ ਅੱਲਾਹ ਦੇ ਵਲੀ ਹਨ ਅਤੇ ਉੱਤੋਂ ਕੇ ਹਾਜ਼ਰੀ ਦੇਣੇ ਸੇ ਦੁਆ ਮੰਗਦੇ ਸੇ ਇਨਸ਼ਾਅੱਲਾ ਅੱਲਾਹ ਤਾਲਾ ਸਾਰੇ ਜਿੱਤੀ ਦੋਸਤ ਹਨ ਹਿਰਾ ਹਨ ਕੋਈ ਮੁਸ਼ਕਲਾਤ ਅਚਨ ਪਰੇਸ਼ਾਨੀ ਅਚਨ ਅੱਲਾਹ ਤਾਲਾ ਉਹਨਾਂ ਕੋ ਉਹਨਾਂ ਦੀ ਪਰੇਸ਼ਾਨੀ ਦੂਰ ਫਰਮਾਵੇ ਅਤੇ ਸਾਰੇ ਦੋਸਤਾਂ ਦੀ ਵੀ ਜਿਹਨੇ ਦੀ ਕੋਈ ਮੁਸ਼ਕਲਾਤ ਅੱਲਾਹ ਪਾਕ ਸਾਰੇ ਵਲੀ ਦੇ ਸਦਕੇ ਅਤੇ ਇਨਸ਼ਾਅੱਲਾ ਅਸੀਂ ਉਹ ਵੀ ਦੂਰ ਕਰੇ ਅਤੇ ਹੁਣ ਜੁਲਦੇ ਤੋਂ ਉਹ ਦਿਖੇਣੇ ਸੇ ਅਤੇ ਉੱਥਾ ਕੇ ਮਾਸ਼ਾਅੱਲਾ ਬੜਾ ਸਕੂਨ ਆਉਣਾ ਹੈ ਮੈਂ ਕੋਸ਼ਿਸ਼ ਕਰੇ ਨਾ ਜਗ੍ਹਾ ਨਹੀਂ ਆਉਣਾ ਲਾਜ਼ਮੀ ਕਰਨਾ ਇਹਦਾ ਪਿਆਰਾ ਇਹਦੇ ਪਿਓ ਸਹੀ ਤੋਂ ਵੀਰ ਲੈਣਾ ਲੱਗਿਆ ਮੈਂ ਸਾਰਿਆਂ ਅੱਟੇ ਦੇ ਪੁੱਜਾ ਅੱਲਾ ਮਾਫ ਕਰੇ ਯਾਰ ਇਹ ਵੀਰ ਇੱਥਾ ਕੇ ਆ ਗਏ ਸੇ ਸਾਹਮਣੇ ਹੁਣ ਤੱਕ ਜ਼ਿਆਰਤ ਕਰਨੇ ਪੈਸੇ ਸਾਹਮਣੇ ਬਿਲਕੁਲ ਬੈਗ ਜਿਵੇਂ ਪਹੁੰਚੇ ਸਾਹਮਣੇ ਤੱਕ ਜ਼ਿਆਰਤ ਕਰੇ ਨਾ 1 2 3 ਵੀਰ ਮਾਸ਼ਾਅੱਲਾ ਦਰਬਾਰ ਸ਼ਾਹ ਰੁਕਨ ਆਲਮ ਸਿੰਘ ਦੇ ਆ ਗਏ ਸੇ ਇਹ ਮਾਸ਼ਾਅੱਲਾ ਗੱਡੀ ਪਾਰਕ ਕੀ ਡੋਗ ਹੋ ਸੀ ਯਾਰ ਜਿੱਦਾਂ ਗੱਡੀ ਪਾਰਕਿੰਗ ਕਰਾ ਖੜੀ ਕਰ ਗਏ ਨੂੰ ਅੱਲਾ ਮਾਫ ਕਰੇ ਬਸ ਮੇਰੀ ਤੋਬਾ ਦੀ ਜਾਏ ਦੇਖੋ ਇਤਨੀ ਸਾਡੇ ਮੁਲ ਕੇ ਕਹਿਤ ਆ ਚੁੱਕੇ ਲੋਕ ਅੱਟੇ ਦੀ ਵਜ੍ਹਾ ਕੋ ਇਤਨੀ ਦੇਖੋ ਲੈਣਾ ਲੱਗਿਆ ਖੜਨ ਬਸ ਅੱਲਾ ਪਾਕ ਸਾਡੇ ਹੁਕਮਰਾਨੇ ਕੋ ਹਦਾਇਤ ਦੇਵੇ ਔਰ ਅੱਲਾ ਪਾਕ ਸਾਗੋ ਅੱਲਾ ਪਾਕ ਦੇਵਣ ਵਾਲਾ ਪੜਾਵੇ ਸਾਗੋ ਅੱਲਾ ਮਾਫ ਕਰੇ ਦੇਖੋ ਲੋਕ ਇਤਨੀ ਸਾਰਾ ਸੜਕਾਂ ਤੇ ਰੁਲਦੇ ਪੈਣ ਮਾਸ਼ਾਅੱਲਾ ਸੇ ਉਹ ਕਬੂਤਰ ਆ ਗਏ ਸੋਹਣੇ ਸੋਹਣੇ ਕਬੂਤਰ ਹੈ ਗੱਡੀ ਪਾਰਕਿੰਗ ਖੜੀ ਕਰ ਗਏ ਨਾ ਵੀ ਗੱਡੀ ਪਾਰਕਿੰਗ ਅੱਜ ਖੜੀ ਕਰ ਗਈ ਦੱਸ ਜਲੂ ਸੇ ਇਹ ਸਾਹਮਣੇ ਮਾਸ਼ਾਅੱਲਾ ਦਰਬਾਰ ਸ਼ਰੀਫ ਹੈ ਸਾਹਮਣੇ ਦਰਦੀ ਪੇ ਤੋਂ ਪਿੱਛੇ ਇਦੋਂ ਹੁਣ ਵਾਪਸ ਉੱਡ ਪਾ ਗੱਡੀ ਤਾਂ ਪਾਰਕਿੰਗ ਖੜੀ ਕਰ ਗਈ ਦੱਸ ਇਹਦੇ ਕੋਈ ਖੜੀ ਸਾਰੀ ਗੱਡੀ ਜਲੂ ਸੇ ਉਹ ਕਿਹੜਾ ਰਸਤਾ ਹੈ ਇਦੋਂ ਨਹੀਂ ਆਓ ਰਸਤਾ ਇੱਥੋਂ ਇਹਨਾਂ ਕੋਲ ਹੈ ਸੀਗਾ ਨਾ ਨਾ ਇੱਥੋਂ ਨਹੀਂ ਤੋਂ ਅੱਗੂ ਰਸਤਾ ਉਸ ਸੁਲਤਾਨ ਮਾਸ਼ਾਅੱਲਾ ਵਿਊ ਦੇ ਬੋਲ ਇਦਾਂ ਕਰ ਬੜਾ ਸਾਹਮਣੇ ਇਹ ਘੰਟਾ ਘਰ ਹੈ ਸਾਹਮਣੇ ਉਹ ਘੰਟਾ ਘਰ ਖੜੇ ਹੋਏ ਇਹ ਦੇ ਮਾਸ਼ਾਅੱਲਾ ਕਿਹਦੀ ਮੰਨਤ ਬਣਾ ਦੱਸੋ ਜਾਂ ਕਿਹੜੀ ਸ਼ਾਇਦ ਮੰਨੇ ਤੋਂ ਰਿਹਾਨ ਭਾਈ ਆਦਮੀ ਮੰਨਤ ਮੰਨਣੀ ਹੈ ਉਹ ਦਿਲ ਵਿੱਚ ਦਸੇਰੇ ਨਹੀਂ ਸੇ ਤੁਹਾਗੂ ਤੁਹਾਗੂ ਅਤੇ ਦੁਆ ਕਰੋ ਪੂਰੀ ਥੀ ਵੰਨੇ ਬਹੁਤ ਜਲਦ ਅਸਾਂ ਕਹਿ ਸਰਦੀਆਂ ਹੁਣ ਮੋਕ ਗਏ ਸਮਝ ਆ ਗਈ ਉਸੀ ਤੁਹਾਗੂ ਅਤੇ ਇਨਸ਼ਾਅੱਲਾ ਦੁਆ ਮੰਗਸੂ ਅੱਲਾ ਪਾਕ ਸੁਣਸੀ ਸਾਡੇ ਵਿਰਾਹ ਦੀ ਇਹ ਸਰਦਾ ਚ ਉਹ ਕੱਲੇ ਗੁਜ਼ਰ ਗਏ ਅਗਲੇ ਅੱਲਾ ਸੇ ਸੁਣਸੀ ਠੀਕ ਹੈ ਰਿਹਾਨ
ਬੁੱਟਾ ਸਾਹਿਬ ਵੀ ਸ਼ੋਦਾ ਮਾਨ ਦੇ ਨੂੰ ਇੱਥੇ ਹੋਣੀ ਚਾਹੀਦੀ ਹੈ ਚਲੋ ਇਨਸ਼ਾਅੱਲਾ ਬਤਾਈ ਸਾਰਾ ਆਪਣਾ ਨੇ ਦੇ ਬਦੇ ਵੇ ਇੱਕ ਬਈ ਜਾ ਦੱਸ ਲੋ ਕਿੱਲੇ ਚੜਨੇ ਭਾਈ ਜਾਨ ਬੁੱਟਾ ਸਾਹਿਬ ਦੱਸ ਵੇ ਕਿੱਲੇ ਚੜਦੇ ਵੇ ਸੱਚੀ ਉਹ ਬੀਆ ਕਿੱਲਾ ਨਾ ਇੱਥੋਂ ਵਾਲਾ ਕਿੱਲਾ ਯਾਰ ਹੈ ਸੋ ਕਿੱਲੇ ਦੀ ਸੈਰ ਕਰ ਮੈਨੂੰ ਟੈਨਸ਼ਨ ਨਾ ਗਿਨੋ ਗੋਲ ਤੇ ਹੈ ਨਹੀਂ ਤਾਂ ਖਜ਼ਾਨਜੀ ਸਾਹਿਬ ਤੁਸੀਂ ਚੜ੍ਹ ਸੋ ਹੈ ਪਹਿਲੇ ਬੋਟਾ ਸਾਹਿਬ ਪੁੱਛੜੇ ਯਾਰ ਤੂੰ ਸਹੀ ਚਾੜ ਗਿਲੋ ਕਿਲੇ ਇਹਦਾ ਤਾਂ ਫੈਲ ਜੱਕ ਚੜ੍ਹ ਸਾ ਕਿ ਨਾ ਨਾ ਵਿਵਰ ਤਾਂ ਕੋ ਜਲਦ ਕਿੱਲਾ ਇਹਦਾ ਮੋਲ ਹੀ ਲਿਖੇ ਨੇ ਤੇ ਇਹ ਜਵਾਨ ਨੇ ਕਿੱਲੇ ਤੇ ਦਰਬਾਰ ਦੇ ਵਿੱਚ ਲਿਖਿਆ ਨਾ ਮਾਸ਼ਾਅੱਲਾ ਦਰਬਾਰ ਦੇ ਅੰਦਰ ਆ ਗਏ ਸੀ ਹੁਣ ਜਲਦੀ ਅੰਦਰੋਂ ਤੋਂ ਅੰਦਰੋਂ ਜ਼ਿਆਰਤ ਕਰਵੇ ਨਾ ਸੀ ਮਾਸ਼ਾਅੱਲਾ ਸੀ ਸਾਰੇ ਕਿਤੇ ਖਸੂਸੀ ਦੁਆ ਕਰ ਸੋ ਸਾਰੇ ਇਨਸ਼ਾਅੱਲਾ ਸ਼ੇਖ ਬੇ ਕਿਤੇ ਤੇ ਦੋਸਤਾਂ ਦੇ ਸਾਰੇ ਕਿਤੇ ਦੁਆ ਕਰਨ ਤੇ ਅੱਲਾਹ ਪਾਕ ਉਹਨੇ ਦਾ ਸਾਨਿਆ ਫਰਮਾਵੇ ਕਰਮ ਫਰਮਾਵੇ ਮਾਸ਼ਾਅੱਲਾ ਤੋਂ ਜ਼ਿਆਰਤ ਕਰ ਰਹੇ ਬਸ ਵੀ ਵਾਰ ਇਹ ਪੇਸ ਹੈ ਅਸਲਾਮ ਮਾਸ਼ਾਅੱਲਾ ਮਾਸ਼ਾਅੱਲਾ ਅਸਲਾਮ ਅਸਲਾਮ ਮਾਸ਼ਾਅੱਲਾ ਸਹੀ ਸਕੂਨ ਹੈ ਅੰਦਰ ਅਲਹਮਦੁਲਿਲਾ ਮਾਸ਼ਾਅੱਲਾ ਫਿਵਰ ਬੜੇ ਅੱਲਾਹ ਪਾਕ ਸਾਰਿਆਂ ਦੀ ਹਾਜ਼ਰੀ ਕਬੂਲ ਫਰਮਾਵੇ ਔਰ ਦੁਆ ਕਰੇ ਨਾ ਅੱਲਾਹ ਪਾਕ ਸਾਰਿਆਂ ਕੋ ਸੁਖੀ ਸਿਹਤ ਦੇਵੇ ਅਤੇ ਅੱਲਾਹ ਪਾਕ ਸਾਰਿਆਂ ਦੇ ਕਰਮ ਰਹਿਮ ਫਰਮਾਵੇ ਅਤੇ ਹਰ ਕੁਛ ਹਰ ਦੋਸਤ ਦਾ ਮੁਸ਼ਕਲਾਤ ਆਸਾਨ ਫਰਮਾਵੇ ਅੱਲਾਹ ਪਾਕ ਅਤੇ ਮਾਸ਼ਾਅੱਲਾ ਦਿੱਲੀ ਸਕੂਨ ਥੀਂਦੇ ਸ਼ਾਹਰੁਖ ਨੇ ਆਲਮ ਸਿੰਘ ਦਰਬਾਰ ਹਾਜ਼ਰੀ ਦਿੱਤਾ ਕਰੋ ਲਾਜ਼ਮੀ ਕਿ ਅੱਲਾਹ ਪਾਕ ਦੇ ਸੱਚੇ ਪੱਕੇ ਵਲੀ ਹਨ ਅਤੇ ਅਸਾਂ ਦੁਆ ਕਰਾਂਗੇ ਦਿੱਲੀ ਅਲਹਮਦੁਲਿਲਾਹ ਪਾਕ ਸਾਰਿਆਂ ਦੀ ਸੁਖੀ ਸਿਹਤ ਅਤਾ ਫਰਮਾਵੇ ਮਾਸ਼ਾਅੱਲਾ ਵਿਵਰ ਅਸਾਂ ਅੰਦਰੋਂ ਜ਼ਿਆਰਤ ਕਰਕੇ ਦੱਸਿਆ ਅਲਹਮਦੁਲਿਲਾਹ ਬੜਾ ਮਜ਼ਾ ਆਏ ਸਕੂਨ ਆਏ ਕਹਿ ਨਾ ਬਾਈ ਜਾਨ ਦੁਆ ਮੰਗੀਆਂ ਨੇ ਅਲਹਮਦੁਲਿਲਾਹ ਅੱਲਾਹ ਪਾਕ ਸਾਰਿਆਂ ਦੀ ਵਲਾ ਦੁਆ ਮੰਗਦੇ ਪਏ ਸੀ ਮੁਸ਼ਕਲ ਆਸਾਨ ਫਰਮਾਵੇ ਅਤੇ ਬੜਾ ਸਕੂਨ ਹੈ ਦਿੱਲੀ ਸਕੂਨ ਹੈ ਮਾਸ਼ਾਅੱਲਾ ਇਸ਼ਾ ਇੱਥਾ ਕਰ ਮਾਸ਼ਾਅੱਲਾ ਵਿਵਰ ਅਸਾਂ ਉੱਥੋਂ ਕਰ ਦਰਬਾਰ ਤੋਂ ਹਾਜ਼ਰੀ ਦੇ ਤੇ ਹੁਣ ਵਾਪਸ ਬਾਹਰ ਆ ਗਏ ਸੀ ਹੁਣ ਪੁੱਜਦੇ ਸੀ ਬਿਰਾਵੇ ਕੋਲੋਂ ਸੁਣਾਓ ਮਾਸ਼ਾਅੱਲਾ ਸਕੂਨ ਹੀ ਕਹਿਣਾ ਚਾਸਾ ਹੀ ਕਹਿਣਾ ਹੈ ਸਹੀ ਖਾਨ ਸਾਹਿਬ ਮਾਸ਼ਾਅੱਲਾ ਦੁਆ ਮੰਗਿਆ ਹੋਇਆ ਸਾਰੇ ਕਿਤੇ ਹੈਂ ਹੈ ਸਹੀ ਇਹਨੇ ਕਿਤੇ ਤਾਂ ਵਿਰਾ ਕੇ ਅਸਾਂ ਤੁਹਾਡੇ ਕਿਤੇ ਸਪੈਸ਼ਲੀ ਅਸਾਂ ਮੰਗਿਆ ਸੀ ਰਿਕੁਐਸਟ ਕੀਤਾ ਵੇ ਸਾਰਾ ਜਵਾਨ ਪਿੱਛੋਂ ਇੱਕ ਵੱਧੇ ਉਹਨੇ ਕਿਤੇ ਦੁਆ ਹੀ ਮੰਗਿਆ ਸੀ ਅੱਲਾ ਸਹੀ ਉਹ ਕੋਈ ਜਲਦੀ ਤੋਫੀਕ ਅਤਾ ਫਰਮਾਵੇ ਅਤੇ ਮਾਸ਼ਾਅੱਲਾ ਅੱਲਾ ਪਾਕ ਸਾਰਿਆਂ ਨੂੰ ਕਹਿੰਦਾ ਵੇ ਇੱਥਾ ਕਰ ਇੱਥੇ ਲਾਜ਼ਮੀ ਹਾਜ਼ਰੀ ਦਿੱਤਾ ਕਰੋ ਮੁਲਤਾਨ ਜਾ ਅਤੇ ਦੁਆ ਜੋ ਮੰਗਸੋ ਅੱਲਾ ਪਾਕ ਕਬੂਲ ਕਰੇ ਸੀ ਆਪਣੇ ਵਲੀ ਦੇ ਸਦਕੇ ਅਤੇ ਇਨਸ਼ਾਅੱਲਾ ਹੁਣ ਇੱਥੋਂ ਕਹਿ ਹਾਜ਼ਰੀ ਡੇ ਅਤੇ ਹੁਣ ਵਾਪਸੀ ਵੇਨੇ ਪਏ ਸੀ ਅਤੇ ਥੋੜ੍ਹੀ ਜਿਹੀ ਜਲਦੀ ਅਤੇ ਵਾਲੇ ਇਨਸ਼ਾਅੱਲਾ ਅੱਗੋਂ ਤੋਂ ਜਲਦ ਤੱਕ ਦੱਸੇ ਨੇ ਮਾਹੌਲ